ਮਾਰ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਦੀ ਜਵਾਨੀ ਹੈ। इस वक्त सूफी गायक कंवर गरेवाल साडे नाल मौजूद हैगे है। कंवर गरेवाल नूं किसान दा पुत कहा जा रहा है ते किसान दा पुत जदों इत्थे वार वार अंदोलन में शामिल हुंदा है तां किसान दा पुत इत्थों लैके की जा रहा है ते देके की जा रहा है उहनूं समझदी कोई। गरेवाल साहब, जिस तरीके नाल तुसीं किसानां नूं इत्थे संबोधन हो रहे हो, तुहाडे मन दे विचों आवाज़ निकलदी नज़र आ रही है? बस दोस्तां, जिहड़ी गल अंदरों निकलदी है मैनूं लगदा असर भी उही करदी है। जिहड़ियां असीं डिज़ाइन करके आउणे आ स्टेज ते स्क्रिप्टड बोलदे आ ਉਹਦਾ ਅਸਰ ਵੀ ਨਹੀਂ ਹੁੰਦਾ। ਤਾਂ ਮੈਨੂੰ ਲੱਗਦਾ ਕਿ ਹੁਣ ਜੋ ਵੀ ਇੱਥੇ ਬੈਠੇ ਹੈ ਸਾਰੇ ਸੱਜਣ, ਕਿਸੇ ਵੀ ਮੋਰਚੇ 'ਚ ਬੈਠੇ ਆ, ਭਾਵੇਂ ਉਹ ਟਿੱਕਰੀ ਬੈਠੇ ਆ, ਭਾਵੇਂ ਕੁੰਡਲੀ ਬੈਠੇ ਆ, ਜਾਂ ਇੱਥੇ ਬੈਠੇ ਆ, ਸਾਰੇ ਦਿਲੋਂ ਹੀ ਬੈਠੇ ਆ। ਤਾਂ ਇਸ ਕਰਕੇ ਜਜ਼ਬਾਤ ਹੀ ਹੈ, ਸਾਰਿਆਂ ਦੇ ਆਪਣਾ ਦਰਦ ਸਾਂਝਾ ਕਰ ਰਹੇ ਆ। ਤਾਂ ਮੈਨੂੰ ਲੱਗਦਾ ਕਿ ਜਿਹੜੀ ਹੁਣ ਏਕਤਾ ਦਿਖ ਰਹੀ ਹੈ, ਏਕਾ ਦਿਖ ਰਿਹਾ ਸਾਰੇ ਭਾਈਚਾਰਿਆਂ ਦੇ ਵਿੱਚ, ਰਲ ਮਿਲ ਕੇ ਲੜਾਈ ਲੜ ਰਹੇ ਆ, ਤਾਂ ਮੈਨੂੰ ਲੱਗਦਾ ਬਹੁਤ ਪੋਜ਼ਿਟਿਵ ਰਿਜ਼ਲਟ ਆਉਣ ਵਾਲੇ ਆ। ਗਰੇਵਾਲ ਸਾਹਿਬ, ਮੈਂ ਜੇ ਤੁਸੀਂ ਸੱਚ ਬੋਲਦੇ ਪਏ ਤਾਂ ਮੈਂ ਸਾਨੂੰ ਵੀ ਸੱਚ ਦੱਸਣਾ ਚਾਹੀਦਾ। ਸੱਚ ਇਹ ਹੈ ਕਿ ਇੱਥੇ ਬਹੁਤ ਸਾਰੇ ਕਲਾਕਾਰ ਆ ਰਹੇ ਆ, ਉਹ ਇੱਕ ਦਿਨ ਆਉਂਦੇ ਆ ਜਾਂ ਘੰਟੇ ਲਈ ਆਉਂਦੇ ਆ, ਚਲੇ ਜਾਂਦੇ ਆ। ਮੈਂ ਤੁਹਾਨੂੰ ਕਿੰਨੇ ਦਿਨਾਂ ਤੋਂ ਦੇਖ ਰਿਹਾ, ਪਰ ਮੈਂ ਤੁਹਾਡੇ ਕੋਲ ਮਾਈਕ ਨਹੀਂ ਕੀਤਾ। ਮੈਂ ਦੇਖਣਾ ਚਾਹੁੰਦਾ ਸੀਗਾ ਕਿ ਕਿਹੜਾ ਕਲਾਕਾਰ ਆ ਜਿਹੜਾ ਇੱਥੇ ਪੂਰੇ ਦਿਨ ਰੁਕਦਾ ਪਿਆ, ਦਿਨ ਰਾਤ ਰੁਕਦਾ ਪਿਆ। ਤਾਂ ਮੈਨੂੰ ਕੰਵਰ ਗਰੇਵਾਲ ਉਹ ਸ਼ਖਸ ਲੱਭਿਆ ਜਿਹੜਾ ਕਿ ਦਿਨ ਰਾਤ ਇੱਥੇ ਧਰਨਿਆਂ ਵਿੱਚ ਸ਼ਾਮਿਲ ਹੋ ਰਿਹਾ। ਕੰਵਰ ਜੀ, ਇਹ ਜਜ਼ਬਾ ਕਿੱਥੋਂ ਲੈ ਕੇ ਆਏ ਹੋ ਤੁਸੀਂ? ਇਹ ਸਵਾਲ ਤੁਹਾਡੇ ਤੋਂ ਸਾਰੇ ਲੋਕ ਜਾਣਨਾ ਚਾਹੁੰਦੇ ਆ ਕਿ ਕੰਵਰ ਗਰੇਵਾਲ ਉੱਥੇ ਕਿਉਂ ਜ਼ਿਆਦਾ ਰੁਕਦੇ ਪਏ? ਦੇਖੋ, ਮੈਨੂੰ ਤਾਂ ਸਾਰਿਆਂ ਦਾ ਆਪਣਾ ਆਪਣਾ ਸਕੈਜੂਅਲ ਆ ਵੱਡੇ ਬਾਈ, ਹੈ ਨਾ। ਮੈਂ ਕਿਸੇ ਨੂੰ ਵੀ ਇਹ ਨਹੀਂ ਕਹੂੰਗਾ ਕਿ ਕੋਈ ਇੱਕ ਦਿਨ ਆ ਕੇ ਕਿਉਂ ਨਹੀਂ। ਮੇਰਾ ਉਹਦਾ ਇੱਕ ਦਿਨ ਆਉਣਾ ਹੀ ਅੰਦਰ ਸਾਂਭਿਆ ਹੋਇਆ ਹੈ ਕਿ ਉਹ ਇੱਕ ਦਿਨ ਆਇਆ ਸੀ ਤਾਂ ਉਹਦਾ ਧੰਨਵਾਦ, ਅਤੇ ਮਹਾਰਾਜ ਅੱਗੇ ਵੀ ਉਹਦੇ ਸਕੈਜੂਅਲ ਦੇ ਵਿੱਚ ਇਹ ਦਿਨ ਪਾਵੇ ਕਿ ਉਹ ਫਿਰ ਆਵੇ। ਕਿਉਂਕਿ ਮੂਵਮੈਂਟਸ ਹੀ ਹੈ ਇਹਦੇ ਵਿੱਚ, ਕਿੰਨੀਆਂ ਕਲਾਸਿਸ ਨੇ ਮੇਰੇ ਖਿਆਲ 'ਚ, ਸਿੰਗਰ ਭਾਈਚਾਰਾ ਹੈ, ਫਿਲਮ ਵਾਲੇ ਲੋਕ ਹੈ, ਧਾਰਮਿਕ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਜਾਂ ਪ੍ਰੈਸ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ। ਮੈਂ ਮੀਡੀਆ ਨੂੰ ਵੀ ਕਈ ਵਾਰੀ ਅਸੀਂ ਕਹਿ ਜਾਂਦੇ ਹਾਂ ਕਿ ਨੈਸ਼ਨਲ ਮੀਡੀਆ ਨੈਸ਼ਨਲ, ਮੈਂ ਨਹੀਂ ਯਾਰ, ਜਿਹੜਾ ਸਾਡਾ ਆਪਣਾ ਸੂਬੇ ਦਾ ਮੀਡੀਆ ਨਾ, ਮੈਨੂੰ ਇੰਟਰਨੈਸ਼ਨਲ ਅਪਰੋਚ ਵਾਲਾ ਲੱਗ ਰਿਹਾ। ਕਿਉਂਕਿ ਨੈਸ਼ਨਲ ਮੀਡੀਆ ਹੁਣ ਆਇਆ ਆ ਪਿਛਲੇ 2-4-5 ਦਿਨ ਤੋਂ ਆਇਆ, ਉਸ ਤੋਂ ਪਹਿਲਾਂ ਜਿਹੜੇ ਸਾਡੇ ਸੂਬੇ ਦਾ ਮੀਡੀਆ ਜਿਹੜਾ ਆਪਣਾ, ਭਾਵੇਂ ਪੰਜਾਬ ਦਾ, ਯੂਪੀ ਦਾ, ਜਿੱਥੋਂ ਦਾ ਵੀ ਹੈ, ਮੈਨੂੰ ਨਹੀਂ ਲੱਗਦਾ ਵਰਲਡ ਦੇ ਕਿਸੇ ਘਰ 'ਚ ਇਹ ਨਿਊਜ਼ ਨਹੀਂ ਚੱਲ ਰਹੀ ਬਿਕੋਜ਼ ਆਫ ਅਵਰ ਲੋਕਲ ਮੀਡੀਆ। ਇਸ ਕਰਕੇ ਮੈਨੂੰ ਲੱਗਦਾ ਕਿ ਸਾਰਿਆਂ ਦਾ ਆਪਣਾ ਆਪਣਾ ਰੋਲ ਹੈ, ਜੋ ਵੀ ਜਦੋਂ ਵੀ ਆ ਰਿਹਾ ਜੀ ਆਇਆਂ ਨੂੰ ਹੈ। ਬਸ ਇਹ ਹੈ ਕਿ ਹੈਪਨ ਬਹੁਤ ਵੱਡਾ ਹੈ, ਇਹਦੇ 'ਚ ਪਾਰਟੀਸਪੇਟ ਸਾਰਿਆਂ ਦਾ ਕਰਨਾ ਹੀ ਮੇਰੇ ਖਿਆਲ ਸਾਨੂੰ ਅੱਜ ਇੱਥੇ ਲੈ ਕੇ ਆਇਆ। ਮੈਂ ਚਾਰ ਟਾਈਮ ਕਵਰ ਗਰੇਵਾਲ ਨੂੰ ਇਸ ਅੰਦੋਲਨ ਤੋਂ ਕਿਹੜਾ ਅੰਜਾਮ ਨਜ਼ਰ ਆ ਰਿਹਾ? ਨਹੀਂ, ਆਪਾਂ ਜਿੱਤਾਂਗੇ, ਜ਼ਰੂਰ ਆਪਾਂ ਜਿੱਤਾਂਗੇ। ਔਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਕਲੈਬਰੇਸ਼ਨ ਬਣ ਰਹੀ ਹੈ ਸਾਰੀਆਂ ਸਟੇਟਸ ਦੀ, ਤਾਂ ਇਉਂ ਲੱਗਦਾ ਕਿ ਹੁਣ ਇਕੱਲਾ ਕਿਸਾਨੀ ਬਿੱਲ ਤਾਂ ਆਪਾਂ ਫਤਿਹ ਕਰਾਂਗੇ, ਅੱਗੇ ਵੀ ਜਿਹੜੇ ਮਸਲੇ ਲੱਗਦੇ ਆ, ਜਿਹੜੇ ਗਿਲੇ ਸ਼ਿਕਵੇ ਸਰਕਾਰਾਂ ਨਾਲ ਹੈਗੇ ਆਮ ਲੋਕਾਂ ਦੇ, ਮੈਨੂੰ ਲੱਗਦਾ ਉਹ ਵੀ ਹੁਣ ਆਉਣ ਵਾਲੀਆਂ ਸਭਾਵਾਂ ਦੇ ਵਿੱਚ ਡਿਸਕਸ ਹੋਣਗੇ ਅਤੇ ਉਹਨਾਂ 'ਤੇ ਵੀ ਐਕਸ਼ਨ ਹੋਣਗੇ। ਕਲਮਾਂ ਵੀ ਬਦਲ ਜਾਣਗੀਆਂ ਅਤੇ ਗਾਉਣ ਵਾਲੇ ਦੀਆਂ, ਗਾਉਣ ਵਾਲਿਆਂ ਦੇ ਸੁਰ ਵੀ ਬਦਲ ਜਾਣ। ਵੱਡਾ ਸਵਾਲ ਹੈ ਇਹ ਸਵਾਲ ਹਰ ਵਾਰ ਪੁੱਛਣਾ ਚਾਹੀਦਾ ਤੁਹਾਨੂੰ ਕਿ ਇੱਕ ਰੱਬ ਕਰੇ, ਅਰਦਾਸ ਹੈ ਮੇਰੀ ਤਾਂ 7 ਸਾਲ ਤੋਂ ਹੀ ਅਰਦਾਸ ਹੈ ਕਿ ਜੋ ਜਿਹੜਾ ਸੂਬਾ ਸਾਡੀ ਸੰਸਕ੍ਰਿਤੀ ਮੰਗਦੀ ਹੈ ਸਾਨੂੰ, ਤਾਂ ਗਵਾਈਏ ਦਾ ਕੰਮ ਹੀ ਹੁੰਦਾ ਕਿ ਜੋ ਅੱਛਾ ਹੋ ਰਿਹਾ ਉਹਨੂੰ ਐਪਰੀਸ਼ੀਏਟ ਕਰੇ, ਜੋ ਨਹੀਂ ਅੱਛਾ ਹੋ ਰਿਹਾ ਉਹਦੇ ਲਈ ਆਪਣੀ ਆਵਾਜ਼ ਉਠਾਵੇ। ਜੀ, ਇੱਕ ਆਖਰੀ ਸਵਾਲ ਕੰਵਰ ਗਰੇਵਾਲ, ਮੈਂ ਤੁਹਾਨੂੰ, ਇਹ ਸਾਰੇ ਕਹਿੰਦੇ ਹੋਣਗੇ ਕੰਵਰ ਗਰੇਵਾਲ ਕੁਛ ਗਾ ਦਿਓ, ਮੈਂ ਨਹੀਂ ਕਹਿ ਰਿਹਾ ਇਹ, ਜੇ ਮੈਂ ਨਾ ਤੁਹਾਡੇ ਤੋਂ ਕੁਛ ਗਵਾਇਆ ਤਾਂ ਮੈਨੂੰ ਲੋਕ ਮਾਫ਼ ਨਹੀਂ ਕਰਨਗੇ ਜਿਹੜੇ ਤੁਹਾਨੂੰ ਦੇਖ ਰਹੇ ਆ। ਨਹੀਂ, ਜ਼ਰੂਰ, ਅਸੀਂ ਅੱਜ ਇੱਕ ਜਵਾਨੀ ਲਈ ਗੀਤ ਗਾਇਆ, ਮੈਂ ਤਾਂ ਹਰਫ਼ ਪਿੱਛੇ ਕਾਰ 'ਚ ਬੈਠਾ, ਗੱਲੋਂ ਬੈਠਾ ਜਾਂ ਬਾਈ ਗੁਲਜ਼ਾਰੀ ਬੈਠਾ, ਤਾਂ ਮੇਰੇ ਨਾਲ ਹਰਫ਼ ਨੇ ਗੀਤ ਲਿਖਿਆ ਹੈ, ਗਾਇਆ ਹੈ। ਸਪੈਸ਼ਲੀ ਅਸੀਂ ਉਹਨਾਂ ਨੌਜਵਾਨਾਂ ਲਈ ਗਾਇਆ ਹੈ ਜਿਹੜੇ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਆ, ਜਾਂ ਜਿਹੜੇ ਨਹੀਂ ਵੀ ਬਣ ਰਹੇ ਉਹਨਾਂ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਸੀਂ। ਉਹਦੇ ਬੋਲ ਇਹ ਹੈ, ਉੱਠੀ ਲਹਿਰ ਕੱਲਾ ਕੱਲਾ ਨੌਜਵਾਨ ਉੱਠਿਆ, ਅੱਜ ਪਿੰਡ ਪਿੰਡ ਵਿੱਚੋਂ ਐ ਤੂਫਾਨ ਉੱਠਿਆ, ਓਏ ਹੁਣ ਜੰਗ ਜਦੋਂ ਛੇੜੀ ਜਿਹੜੇ ਕਹਿੰਦੇ ਸੀ ਨਸ਼ੇੜੀ, ਅੱਜ ਕੱਲਾ ਬੰਦਾ ਤੈਨੂੰ ਸਾਫ਼ ਸਾਫ਼ ਕਰਦਾ, ਜ਼ਿੰਦਾਬਾਦ ਨੀ ਜਵਾਨੀਏ, ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ, ਜ਼ਿੰਦਾਬਾਦ ਨੀ ਜਵਾਨੀਏ। ਬਹੁਤ ਸ਼ੁਕਰੀਆ ਮੇਰੇ ਭਰਾ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮੈਂ ਹੋਰ ਵੀ ਤੁਹਾਡਾ ਵਕਤ ਲੈਣਾ ਸੀ ਪਰ ਫਿਰ ਕਦੇ ਲਊਂਗਾ, ਕਦੇ ਖੁੱਲੇ ਟਾਈਮ 'ਚ ਬੈਠ ਲਾਂਗੇ ਮੇਰੇ ਭਰਾ, ਸਦਾ ਹੀ ਜੀ ਆਇਆਂ, ਸਦਾ ਹੀ ਜੀ ਆਇਆਂ। ਜ਼ਿੰਦਾਬਾਦ ਰਹਿਣ ਜਵਾਨੀਆਂ, ਕੰਵਰ ਗਰੇਵਾਲ ਸਾਡੇ ਨਾਲ ਸੀਗੇ। ਕੰਵਰ ਗਰੇਵਾਲ ਨੇ ਜਿਹੜੀਆਂ ਦਿਲ ਤੋਂ ਗੱਲਾਂ ਕਹੀਆਂ, ਰੂਹ ਤੋਂ ਗੱਲਾਂ ਕਹੀਆਂ, ਅਤੇ ਜਵਾਨੀ ਜੇ ਜ਼ਿੰਦਾਬਾਦ ਹੈ ਤਾਂ ਨਵਾਂ ਇਤਿਹਾਸ ਲਿਖਦੀ ਹੈ, ਨਵਾਂ ਵਰਤਮਾਨ ਲਿਖਦੀ ਹੈ। ਇਹ ਜਵਾਨੀ ਦੇ ਸਹਾਰੇ ਹੀ ਜਿਹੜਾ ਭਵਿੱਖ ਹੈ ਕਾਇਮ ਹੈ, ਅਤੇ ਕਿਸਾਨਾਂ ਦੇ ਅੰਦੋਲਨ ਨਾਲ ਜਿਹੜੀ ਜਵਾਨੀ ਜੁੜੀ ਹੋਈ ਹੈ, ਇਹ ਜਵਾਨੀ ਨੇ ਫੈਸਲਾ ਕਰਨਾ ਕਿ ਇਸ ਅੰਦੋਲਨ ਦਾ ਅੰਜਾਮ ਕੀ ਹੋਵੇਗਾ। ਕੈਮਰਾ ਪਰਸਨ ਪ੍ਰਦੀਪ ਦੇ ਨਾਲ ਮੈਂ KP ਸਿੰਘ, ਦਿੱਲੀ ਤੋਂ ਜਸ ਪੰਜਾਬੀ ਦੇ ਲਈ। ਮਾਰ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਦੀ ਜਵਾਨੀ ਹੈ।